1 ਮਿੰਟ ਤੋਂ ਲੈ ਕੇ 1 ਘੰਟੇ ਤੋਂ ਲੈ ਕੇ ਜੀ 24 ਘੰਟਿਆਂ ਦੇ ਵਿੱਚ ਬਿਲਕੁਲ ਠੀਕ ਸਰਵਾਈਕਲ। ਮੈਂ ਆਪ ਹੈਰਾਨ ਹਾਂ ਥੋੜ੍ਹਾ ਜਿਹਾ ਇਸ ਚੀਜ਼ ਤੋਂ। ਸਾਨੂੰ ਨਹੀਂ ਦੇਖੋ, ਮੈਂ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ, ਇਹ ਜਿਹੜੇ ਸਾਡੇ ਕੋਲ ਧਾਗੇ ਆਉਂਦੇ ਬਕਾਇਦਾ ਪਾਠ ਹੋ ਕੇ ਆਉਂਦੇ ਆ, ਤੁਹਾਨੂੰ ਪਿਛਲੀ ਵਾਰੀ ਵੀ ਮੈਂ ਦੱਸਿਆ ਸੀ, ਔਰ ਇਹਦਾ ਰਿਜ਼ਲਟ 101%। ਬੰਦੇ ਨੇ ਇੱਕ ਵਾਰੀ 10 ਮਿੰਟ ਪਾਠ ਕਰਕੇ ਪਾਇਆ, ਉਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਤਕਰੀਬਨ ਫੋਨ ਆ ਜਾਂਦਾ, ਕਈਆਂ ਦਾ 1 ਘੰਟੇ ਬਾਅਦ ਹੀ ਸਾਨੂੰ ਬਿਲਕੁਲ ਆਰਾਮ ਹੈ। ਜਿਹੜੇ ਲੋਕ ਦਵਾਈਆਂ ਖਾਂਦੇ ਨੇ ਸਰਵਾਈਕਲ ਦੀਆਂ, ਡਾਕਟਰਾਂ ਦੇ ਕੋਲ ਜਾਂਦੇ ਨੇ ਜਾਂ ਪਰੇਸ਼ਾਨ ਹੋ ਚੁੱਕੇ ਨੇ, ਅੱਕ ਚੁੱਕੇ ਨੇ, ਕੀ ਫਿਰ ਉਹ ਦਵਾਈਆਂ ਉਹਨਾਂ ਨੂੰ ਛੱਡ ਦੇਣੀਆਂ ਚਾਹੀਦੀਆਂ? ਅਜਿਹੇ ਮਤਲਬ ਤੁਹਾਡੇ ਧਾਗੇ ਨਾਲ ਠੀਕ ਹੋ ਸਕਦੇ ਬਿਲਕੁਲ? ਗਗਨ ਜੀ, ਖਾਂਦੇ ਹੀ ਨਹੀਂ, ਅਸੀਂ ਧਾਗਾ ਦੇਈਦਾ, ਉਹ ਜ਼ਿਆਦਾ ਤੋਂ ਜ਼ਿਆਦਾ ਅਗਲੇ ਦਿਨ ਤਾਂ ਦਵਾਈ ਕਹਿ ਦਿੰਦੇ, ਸਾਡੇ ਕੋਈ ਕੰਮ ਦੀ ਜਿਹਨੇ ਅਸੀਂ ਸਾਨੂੰ ਆਰਾਮ ਆ ਚੁੱਕਿਆ। ਹਾਂਜੀ। ਅੱਛਾ ਜੀ, ਮੌਕਿਆਂ ਦੀ ਗੱਲ ਕਰੀਏ ਤਾਂ ਮੌਕੇ ਮਸਿਆਂ ਤੁਹਾਡੇ ਵੱਲੋਂ ਇਲਾਜ ਕੀਤਾ ਜਾਂਦਾ, ਕਈ ਤਾਂ ਬਹੁਤ ਜ਼ਿਆਦਾ ਕਿੰਨਿਆਂ ਨੂੰ ਦਿੱਕਤ ਹੁੰਦੀ ਹੈ, ਤਾਂ ਡਾਕਟਰ ਸਰਜਰੀ ਵੀ ਦੱਸਦੇ ਆ ਕਿਤੇ ਨਾ ਕਿਤੇ, ਅਤੇ ਤੁਹਾਡੇ ਕੋਲ ਉਹ ਵੀ ਜਿਹੜਾ ਇਲਾਜ ਕੀਤਾ ਜਾਂਦਾ, ਉਹ ਜਿਹੜੀ ਦਵਾਈ ਆ ਤੁਹਾਡੇ ਕੋਲ ਕਿੱਦਾਂ ਕੰਮ ਕਰਦੀ ਹੈ? ਮੌਕੇ ਲਈ ਦਵਾਈ ਜਿਹੜੀ ਅਸੀਂ ਜੀ ਮੌਕੇ ਦੇ ਉੱਪਰ ਸਿਰਫ ਲਗਾਉਂਦੇ ਹਾਂ, ਉਹ ਜ਼ਿਆਦਾ ਨਹੀਂ, ਥੋੜ੍ਹੇ ਟਾਈਮ ਦੇ ਵਿੱਚ ਮੌਕੇ ਨੂੰ ਸੁਕਾ ਕੇ 3-4 ਦਿਨਾਂ 'ਚ ਮੌਕਾ ਆਪਣੇ ਆਪ ਝੜ ਜਾਂਦਾ ਜੀ, ਉਹਦਾ ਰਿਜ਼ਲਟ ਬਹੁਤ ਵਧੀਆ, ਉਹ ਵੀ ਮੈਂ 20 ਸਾਲਾਂ ਤੋਂ ਤਕਰੀਬਨ ਲੋਕਾਂ ਦੇ ਲਗਾ ਰਿਹਾ। ਅਤੇ ਹੁਣ ਤੱਕ ਜੇ ਮੈਂ ਗੱਲ ਕਰਾਂ ਤਾਂ ਹਫ਼ਤੇ ਬਾਅਦ ਤੁਸੀਂ ਕੈਂਪ ਵੀ ਲਗਾਉਣੇ ਹੋ, ਕਿੰਨੇ ਕੁ ਲੋਕ ਇਸ ਕੈਂਪ ਦਾ ਲਾਹਾ ਲੈਂਦੇ ਨੇ, ਕਿੰਨੇ ਕੁ ਲੋਕ ਤੁਹਾਡੇ ਕੋਲ ਆਉਂਦੇ ਨੇ, ਕਿੰਨੇ ਕੁ ਲੋਕ ਠੀਕ ਹੋ ਚੁੱਕੇ ਨੇ? ਦੇਖੋ ਜੀ, ਕੈਂਪ ਦਾ ਜਿਹੜਾ ਹੁੰਦਾ ਵਾ ਉਹ ਅੱਗੇ ਲੋਕਾਂ ਨੂੰ ਪਤਾ ਲੱਗਣ ਤੱਕ ਦਾ ਮਤਲਬ ਹੁੰਦਾ, ਜਿਹੜਾ ਹਫ਼ਤੇ ਦਾ ਕੈਂਪ ਹੈ ਉਹ ਤਕਰੀਬਨ 40-50 ਬੰਦਿਆਂ ਤੱਕ ਦਾ ਹੋ ਜਾਂਦਾ ਮੇਰਾ। ਹੁਣ ਜਿਵੇਂ ਕਿਸੇ ਸ਼ਹਿਰ ਦੇ ਵਿੱਚ ਕੈਂਪ ਲੱਗਦਾ ਉਹ 100 ਬੰਦਿਆਂ ਦੇ ਹਿਸਾਬ 'ਤੇ ਚੱਲ ਜਾਂਦਾ, 200-400-500 ਐਂ ਹੋ ਜਾਂਦਾ। ਅੱਜ ਤਾਂ ਸਾਡੇ ਕੋਲ ਥੋੜ੍ਹੀ ਵਿਲ ਪਾਵਰ ਵੀ ਘੱਟ ਸੀ, ਅੱਜ ਤਾਂ ਬੰਦੇ ਵੀ ਜ਼ਿਆਦਾ ਸੀ ਉਲਟਾ, ਪਰ ਫਿਰ ਵੀ ਅਸੀਂ ਲੱਗੇ ਹਾਂ। 12 ਵਜੇ ਤੱਕ ਦਾ ਟਾਈਮ ਦਿੱਤਾ ਸੀ, ਹੁਣ ਮੇਰੇ ਖਿਆਲ 2 ਵੱਜ ਚੁੱਕੇ ਹੋਣੇ ਆ, 2 ਵਜੇ ਦੇ ਕਰੀਬ ਦਾ ਟਾਈਮ ਹੋ ਗਿਆ ਹੋਣਾ, ਪਰ ਹਲੇ ਵੀ ਪੇਸ਼ੈਂਟ ਬਾਹਰ ਮੇਰੇ ਖਿਆਲ 40-50 ਬੈਠੇ ਆ, ਚੱਲਦੇ ਆ। ਜਿਹੜੇ ਲੋਕ ਹੁਣ ਸਰਵਾਈਕਲ ਵਾਲੇ ਹੈਗੇ ਆ ਜਾਂ ਸ਼ੂਗਰ ਦੀ ਦਿੱਕਤ ਹੈਗੀ ਆ, ਤਾਂ ਜਾਂ ਜਿਹੜੇ ਲੋਕ ਮੌਕੇ ਮੱਸੇ ਵਾਲੇ ਹੈਗੇ, ਇਲਾਜ ਤੁਸੀਂ ਫ੍ਰੀ ਕਰਦੇ ਹੋ, ਤੁਹਾਡੇ ਕੋਲ ਉਹਨਾਂ ਨੇ ਪਹੁੰਚਣਾ ਹੋਵੇ ਤਾਂ ਕਿਵੇਂ ਪਹੁੰਚਿਆ ਜਾ ਸਕਦਾ, ਕਿਵੇਂ ਤੁਹਾਡੇ ਤੱਕ ਸੰਪਰਕ ਕੀਤਾ ਜਾ ਸਕਦਾ? ਜੇ ਉਹਨਾਂ ਨੇ ਮੇਰੇ ਤੱਕ ਪਹੁੰਚਣਾ ਹੋਵੇ, ਵੈਸੇ ਤਾਂ ਜੀ ਸਾਡਾ ਸਰਾਫਾ ਬਜ਼ਾਰ ਕਲੀਨਿਕ ਹੈ, ਹਕੀਮ ਨਰਾਇਣ ਦਾਸ ਲੱਭੂ ਰਾਮ ਜੈਨ ਦੇ ਨਾਮ 'ਤੇ। ਤੁਸੀਂ ਮੇਰੇ ਮੋਬਾਈਲ ਨੰਬਰ 'ਤੇ ਵੀ ਕੰਟੈਕਟ ਕਰ ਸਕਦੇ ਹੋ, 94-170-50-496। ਔਰ ਵੈਸੇ ਜੇ ਤੁਹਾਨੂੰ ਦੋਨੋਂ ਰਸਤੇ ਨਹੀਂ ਵੀ ਮਿਲਦੇ, ਤੁਸੀਂ ਯੂਟਿਊਬ 'ਤੇ ਜਾ ਕੇ ਵੈਦ ਗਗਨਦੀਪ ਜੈਨ ਪਾ ਕੇ, ਉੱਤੇ ਤੁਹਾਨੂੰ ਤਕਰੀਬਨ ਗ੍ਰੀਨ ਕਲਰ ਦਾ ਲੋਗੋ ਮਿਲਦਾ, ਉੱਤੇ ਵੀ ਬਣੀ ਹੁੰਦੀ ਆ, ਵੈਦ ਦੀ ਵੀ ਬਣੀ ਹੋਊਗੀ, ਅਤੇ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਉਂਗੇ, ਤੁਹਾਡੇ ਕੋਲ ਹਰ ਸਾਡੇ ਕੈਂਪ ਦੀ, ਹਰ ਜਗ੍ਹਾ ਦੀ ਜਿੱਥੇ ਜਿੱਥੇ ਕੈਂਪ ਲੱਗਦਾ ਪਿਆ ਔਰ ਕਿਹੜੀ ਕਿਹੜੀ ਚੀਜ਼ਾਂ ਦਾ ਲੱਗਦਾ ਪਿਆ, ਤੁਹਾਡੇ ਕੋਲ ਹਰ ਵੀਡੀਓ ਪਹੁੰਚੂਗੀ।